ਸ੍ਰੀ ਕਾਲ ਪੰਜਾਬੀ ਵਿਦੇਸ਼ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਕਮਲਪ੍ਰੀਤ ਕੌਰ ਹਾਜ਼ਰ ਹਾਂ ਅੱਜ ਦੀਆਂ ਤਾਜ਼ਾ ਖਬਰਾਂ ਲੈ ਕੇ ਹਰ ਦੇਸ਼ ਦੀਆਂ ਇਮੀਗ੍ਰੇਸ਼ਨ ਸੰਬੰਧਿਤ ਸਹੀ ਤੇ ਤਾਜ਼ਾ ਖਬਰਾਂ ਦੇਖਣ ਲਈ ਅੱਜ ਹੀ ਕਰੋ ਇਸ ਚੈਨਲ ਨੂੰ ਸਬਸਕ੍ਰਾਈਬ ਨੀਚੇ ਦਿੱਤੇ ਰੈੱਡ ਕਲਰ ਦੇ ਬਟਨ ਤੇ ਕਲਿੱਕ ਕਰੋ ਤੇ ਨਾਲ ਹੀ ਬੈਲ ਆਈਕਨ ਤੇ ਵੀ ਜ਼ਰੂਰ ਪ੍ਰੈਸ ਕਰੋ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਹੈਡਲਾਈਨਸ 'ਤੇ ਇੱਕ ਨਜ਼ਰ ਮਾਰਦੇ ਹਾਂ ਕੈਨੇਡਾ ਹਰ ਹਫ਼ਤੇ ਫਲਾਈਟਸ ਰਾਹੀਂ ਕਿੰਨੇ ਲੋਕ ਆ ਰਹੇ ਹਨ ਤੇ ਕਿਸ ਨੂੰ ਨਹੀਂ ਦਿੱਤੀ ਹਲੇ ਆਉਣ ਦੀ ਇਜਾਜ਼ਤ ਅੱਗੇ ਵਿਸਤਾਰ ਵਿੱਚ ਦੱਸਾਂਗੇ ਬ੍ਰਿਟਿਸ਼ ਕੋਲੰਬੀਆ ਵਿੱਚ ਪ੍ਰੋਵਿੰਸ਼ਨਲ ਨਾਰਮਲੀ ਪ੍ਰੋਗਰਾਮ ਡਰਾਫਟ ਡੇ ਗਿਆ ਕਿੰਨੇ ਰਹੇ ਸਕੋਰ ਤੇ ਕੌਣ ਕਰ ਸਕਦਾ ਹੈ ਇਸ ਦੇ ਰਾਹੀਂ ਅਪਲਾਈ ਹੁਣ ਖਬਰਾਂ ਵਿਸਤਾਰ ਵਿੱਚ ਮਹਾਮਾਰੀ ਨੂੰ ਰੋਕਣ ਲਈ ਕਈ ਦੇਸ਼ਾਂ ਨੇ ਆਪਣੇ ਬਾਰਡਰ ਯਾਤਰੀਆਂ ਲਈ ਬੰਦ ਕਰ ਦਿੱਤੇ ਸਨ ਅਤੇ ਅੰਤਰਰਾਸ਼ਟਰੀ ਫਲਾਈਟਾਂ ਨੂੰ ਵੀ ਬੰਦ ਕਰ ਦਿੱਤਾ ਸੀ ਇਸ ਦੇ ਦੌਰਾਨ ਹੀ ਕੈਰੇਂਡਾ ਨੇ ਵੀ ਫੈਸਲਾ ਲਿਆ ਸੀ ਕਿ ਮਹਾਮਾਰੀ ਦੇ ਦੌਰਾਨ ਕਈ ਦੇਸ਼ਾਂ ਤੋਂ ਫਲਾਈਟਸ ਬਿਲਕੁਲ ਹੀ ਬੰਦ ਕਰ ਦਿੱਤੀਆਂ ਸੀ ਪਰ ਕੁਝ ਦਿਨਾਂ ਤੋਂ ਹੌਲੀ-ਹੌਲੀ ਇਹ ਫਲਾਈਟਸ ਮੁੜੂ ਸ਼ੁਰੂ ਹੋ ਰਹੀਆਂ ਹਨ ਜਿਸ ਤੋਂ ਬਾਅਦ ਮੁੜ ਯਾਤਰੀਆਂ ਦਾ ਅੰਤਰਰਾਸ਼ਟਰੀ ਪੱਧਰ ਤੇ ਆਉਣਾ ਜਾਣਾ ਸ਼ੁਰੂ ਹੋਇਆ ਹੈ ਕੈਨੇਡਾ ਬਾਰਡਰ ਸਰਵਿਸ ਏਜੰਸੀ ਵੱਲੋਂ ਇੱਕ ਰਿਪੋਰਟ ਪੇਸ਼ ਕੀਤੀ ਗਈ ਹੈ ਜਿਸ ਦੇ ਅਨੁਸਾਰ 29 ਜੂਨ ਤੋਂ ਲੈ ਕੇ 12 ਜੁਲਾਈ ਤੱਕ 91300 ਤੋਂ ਵੱਧ ਲੋਕ ਕੈਨੇਡਾ ਪਹੁੰਚ ਗਏ ਹਨ ਇਨਾਂ ਵਿੱਚੋਂ 27000 ਲੋਕ ਸਿਰਫ ਅਮਰੀਕਾ ਤੋਂ ਹੀ ਕੈਨੇਡਾ ਆਏ ਹਨ ਜਦਕਿ ਬਾਕੀ ਦੇ 64000 ਲੋਕ ਵੱਖ-ਵੱਖ ਮੁਲਕਾਂ ਤੋਂ ਆਏ ਹਨ ਇਨਾਂ 91000 ਵਿੱਚ 40000 ਉਹ ਨੇ ਜੋ ਨਾਨ ਕੈਨੇਡੀਅਨ ਨੇ ਅਤੇ ਜਿਨ੍ਹਾਂ ਕੋਲ ਕੈਨੇਡਾ ਦੀ ਪੀਆਰ ਵੀ ਨਹੀਂ ਹੈ ਜਦਕਿ ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਇਹ ਖਬਰ ਨਹੀਂ ਦਿੱਤੀ ਕਿ ਕਿਸ ਦੇਸ਼ ਤੋਂ ਕਿੰਨੇ ਲੋਕ ਆਏ ਹਨ ਸਿਰਫ ਅਮਰੀਕਾ ਤੋਂ ਦੱਸਿਆ ਗਿਆ ਕਿ 27000 ਯਾਤਰੀ ਕੈਨੇਡਾ ਆਏ ਹਨ ਜਦ ਕੀ ਗੈਰ ਜ਼ਰੂਰੀ ਕੰਮ ਲਈ ਕੈਨੇਡਾ ਨੇ ਆਪਣੇ ਅਮਰੀਕਾ ਨਾਲ ਬਾਰਡਰ ਬੰਦ ਕੀਤੇ ਹੋਏ ਹਨ ਜਿੱਥੇ ਬੀਤੇ 2 ਹਫ਼ਤਿਆਂ ਵਿੱਚ 91000 ਲੋਕ ਕੈਨੇਡਾ ਦਾਖਲ ਹੋਏ ਹਨ ਉਹਨਾਂ ਵਿੱਚ ਕੈਨੇਡੀਅਨ ਪੀਅਰਹੋਲਡਰ ਤੇ ਵਿਦੇਸ਼ੀ ਕਾਮੇ ਵੀ ਸ਼ਾਮਲ ਹਨ ਇਸ ਤੋਂ ਇਲਾਵਾ ਕੁਝ ਅੰਤਰਰਾਸ਼ਟਰੀ ਵਿਦਿਆਰਥੀ ਵੀ ਸ਼ਾਮਲ ਹੋਏ ਹਨ ਕੈਨੇਡਾ ਵਿੱਚ ਆਉਣ ਵਾਲਿਆਂ ਦੀ ਗਿਣਤੀ ਅਪ੍ਰੈਲ ਵਿੱਚ ਹੀ ਵਧਣੀ ਸ਼ੁਰੂ ਹੋ ਗਈ ਸੀ ਅਪ੍ਰੈਲ ਤੋਂ ਇੱਕ ਹਫ਼ਤੇ ਵਿੱਚ ਹੀ 15000 ਲੋਕ ਕੈਨੇਡਾ ਵਿੱਚ ਦਾਖਲ ਹੋਣੇ ਸ਼ੁਰੂ ਹੋ ਗਏ ਸੀ ਜਦਕਿ ਇਹ ਗਿਣਤੀ ਹੁਣ ਵੱਧ ਕੇ ਲਗਭਗ 30000 ਹੋ ਗਈ ਹੈ ਇੱਥੇ ਇਹ ਵੀ ਦੱਸਿਆ ਗਿਆ ਕਿ ਕੈਨੇਡਾ ਨੇ ਵੈਸਟਰ ਵੀਜ਼ਾ ਹੋਲਡਰ ਨੂੰ ਕੈਨੇਡਾ ਆਨ ਦੀ ਇਜਾਜ਼ਤ ਨਹੀਂ ਦਿੰਦੀ ਹੈ ਜਿੰਨਾ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਪਹਿਲਾ ਸੈਮੈਸਟਰ ਚੱਲ ਰਿਹਾ ਹੈ ਉਹ ਆਪਣੀ ਪੜ੍ਹਾਈ ਆਪਣੇ ਦੇਸ਼ਾਂ ਵਿੱਚ ਬੈਠ ਕੇ ਆਨਲਾਈਨ ਕਰ ਰਹੇ ਹਨ ਉਹਨਾਂ ਵਿੱਚ ਕੁਝ ਵਿਦਿਆਰਥੀਆਂ ਨੇ ਕੈਨੇਡਾ ਆਉਣ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਹਲੇ ਕੈਨੇਡਾ ਨੇ ਨਵੇਂ ਦਾਖਲੇ ਵਾਲੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਕੈਨੇਡਾ ਆਨ ਦੀ ਇਜਾਜ਼ਤ ਨਹੀਂ ਦਿੰਦੀ ਹੈ ਹੁਣ ਦੂਜੀ ਵੱਡੀ ਖਬਰ ਵੱਲ ਰੁਕ ਕਰਦੇ ਹਾਂ 14 ਜੁਲਾਈ 2020 ਨੂੰ ਬ੍ਰਿਟਿਸ਼ ਕੋਲੰਬੀਆ ਪ੍ਰਵਿੰਸ ਵੱਲੋਂ ਕੱਢੇ ਗਏ ਡਰਾਅ ਵਿੱਚ 320 ਇਨਵੀਟੇਸ਼ਨ ਭੇਜੇ ਗਏ ਐਕਸਪ੍ਰੈਸ ਐਂਟਰੀ BC ਅਤੇ ਸਕਿਲਡ ਇਮੀਗ੍ਰੇਸ਼ਨ ਕੈਂਡੀਡੇਟਸ ਪ੍ਰਵਿੰਸਰ ਨਾਮਿਨੇ ਪ੍ਰੋਗਰਾਮ ਦੇ ਅਧੀਨ ਫੈਡਰਲ ਸਰਕਾਰ ਦੇ ਦੁਆਰਾ ਐਕਸਪ੍ਰੈਸ ਐਂਟਰੀ ਸਿਸਟਮ ਵਰਤਿਆ ਜਾਂਦਾ ਹੈ ਤਾਂ ਕਿ ਪੱਕੇ ਤੌਰ ਤੇ ਰਹਿਣ ਲਈ ਜੋ ਐਪਲੀਕੇਸ਼ਨ ਆਉਂਦੀ ਹੈ ਉਨਾ ਨੂੰ ਇਸ ਸਿਸਟਮ ਅਧੀਨ ਤਿੰਨ ਤਰ੍ਹਾਂ ਦੀ ਕੈਟਾਗਰੀ ਵਿੱਚ ਵੰਡਿਆ ਜਾਂਦਾ ਹੈ ਪਹਿਲਾ ਹੈ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਦੂਜੀ ਹੈ ਫੈਡਰਲ ਸਕਿਲਡ ਟ੍ਰੇਡਸ ਕਲਾਸ ਤੀਜੀ ਹੈ ਕੈਨੇਡੀਅਨ ਐਕਸਪੀਰੀਅੰਸ ਕਲਾਸ ਕਈ ਹੋਰ ਪ੍ਰੋਵਿੰਸਸ ਵੀ ਇਸ ਸਿਸਟਮ ਦੇ ਅਧੀਨ ਆਉਣ ਵਾਲੀਆਂ ਐਪਲੀਕੇਸ਼ਨ ਨੂੰ ਵੰਡੇ ਹਨ ਐਕਸਪ੍ਰੈਸ ਐਂਟਰੀ ਦੇ ਤਹਿਤ ਜਿੰਨਾ ਲੋਕਾਂ ਨੂੰ ਪ੍ਰੋਵਿੰਸਲ ਨੋਮੀਨੇਸ਼ਨ ਮਿਲੀ ਹੈ ਉਹਨਾਂ ਨੂੰ 600 ਪੁਆਇੰਟ ਮਿਲ ਜਾਣਗੇ ਅੱਗੇ ਫੈਡਰਲ ਵਿੱਚ ਪਰਮਨੈਂਟ ਰੈਜ਼ਿਡੈਂਸ ਲਈ ਫਾਈਲ ਲਗਾਉਣ ਲਈ ਸਕਿਲਸ ਇਮੀਗ੍ਰੇਸ਼ਨ ਸਟ੍ਰੀਮ ਦੇ ਅਧੀਨ ਤਿੰਨ ਤਰ੍ਹਾਂ ਦੀਆਂ ਸਟ੍ਰੀਮਸ ਵਿੱਚ ਵਿਅਕਤੀ ਬੁਲਾਏ ਜਾਂਦੇ ਹਨ ਪਹਿਲੀ ਹੈ ਸਕਿਲਡ ਵਰਕਰ ਦੂਜੀ ਇੰਟਰਨੈਸ਼ਨਲ ਗ੍ਰੈਜੂਏਟ ਤੇ ਤੀਜੀ ਐਂਟਰੀ ਲੈਵਲ ਅਤੇ ਸੈਮੀ ਸਕਿਲਡ ਕੈਟਾਗਰੀ ਇਹ ਡਰਾ ਲਈ ਕਟੋਕਟ ਸਕੋਰ ਰੇਂਜ 76 ਤੋਂ ਲੈ ਕੇ 98 ਦੇ ਵਿੱਚ ਹੈ ਸਕਿਲਡ ਇਮੀਗ੍ਰੇਸ਼ਨ ਸਟ੍ਰੀਮ ਦੇ ਅਧੀਨ ਕੈਟਾਗਰੀ ਲਈ ਸਕੋਰ ਕੁਝ ਇਸ ਤਰ੍ਹਾਂ ਸਨ ਸਕਿਲਡ ਵਰਕਰ ਲਈ 98 ਇੰਟਰਨੈਸ਼ਨਲ ਗ੍ਰੈਜੂਏਟ ਲਈ 98 ਐਂਟਰੀ ਲੈਵਲ ਅਤੇ ਸੈਮੀ ਸਕਿਲਡ ਲਈ 76 ਐਕਸਪ੍ਰੈਸ ਐਂਟਰੀ BC ਦੇ ਅਧੀਨ ਕੈਟਾਗਰੀ ਲਈ ਸਕੋਰ ਕੁਝ ਇਸ ਤਰ੍ਹਾਂ ਸਨ ਸਕਿਲਡ ਵਰਕਰ ਲਈ 98 ਇੰਟਰਨੈਸ਼ਨਲ ਗ੍ਰੈਜੂਏਟ ਲਈ 98 ਜੋ ਵਿਅਕਤੀ ਐਕਸਪ੍ਰੈਸ ਐਂਟਰੀ BC ਦੇ ਅਧੀਨ ਅਪਲਾਈ ਕਰਨਾ ਚਾਹੁੰਦੇ ਹਨ ਉਨ੍ਹਾਂ ਕੋਲ ਫੈਡਰਲ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਹੋਣੀ ਚਾਹੀਦੀ ਹੈ ਤੇ ਪ੍ਰੋਵਿੰਸ ਸਕਿਲਸ ਇਮੀਗ੍ਰੇਸ਼ਨ ਰਜਿਸਟ੍ਰੇਸ਼ਨ ਸਿਸਟਮ ਦੇ ਅਧੀਨ ਅਪਲਾਈ ਕੀਤਾ ਹੋਣਾ ਚਾਹੀਦਾ ਹੈ ਜਿਹੜੇ ਵਿਅਕਤੀ ਸਕਿਲਸ ਇਮੀਗ੍ਰੇਸ਼ਨ ਸਟ੍ਰੀਮ ਦੇ ਅਧੀਨ ਅਪਲਾਈ ਕਰਨਾ ਚਾਹੁੰਦੇ ਹਨ ਉਹਨਾਂ ਦੀ ਰਜਿਸਟ੍ਰੇਸ਼ਨ ਹੋਈ ਹੋਣੀ ਚਾਹੀਦੀ ਹੈ ਸਕਿੱਲਜ਼ ਇਮੀਗ੍ਰੇਸ਼ਨ ਰਜਿਸਟ੍ਰੇਸ਼ਨ ਸਿਸਟਮ ਦੇ ਅਧੀਨ ਜੇ ਤੁਸੀਂ ਇਸ ਪ੍ਰੋਗਰਾਮ ਬਾਰੇ ਜ਼ਿਆਦਾ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦਿੱਤੇ ਗਏ ਲਿੰਕ ਤੇ ਕਲਿੱਕ ਕਰਕੇ ਤੁਸੀਂ ਇਸ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ ਜੇ ਤੁਸੀਂ ਹੋਰ ਵਿਦੇਸ਼ ਦੀਆਂ ਤਾਜ਼ਾ ਤੇ ਮਹੱਤਵਪੂਰਨ ਖਬਰਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਹੀ ਪੰਜਾਬੀ ਵਿਦੇਸ਼ ਨਿਊਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨੀਚੇ ਦਿੱਤੇ ਬੈਲ ਬਟਨ ਤੇ ਵੀ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਹਰ ਵੀਡੀਓ ਸਭ ਤੋਂ ਪਹਿਲਾਂ ਮਿਲ ਸਕੇ ਜਲਦੀ ਹੀ ਮਿਲਦੇ ਹਾਂ ਤਾਜ਼ਾ ਖਬਰਾਂ ਦੇ ਨਾਲ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ